ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਅਸੀਂ ਅੱਜ ਗੱਲ ਕਰ ਰਹੇ ਹਾਂ ਸਮਾਰਟਫੋਨ ਵੋਟ ਬੈਂਕ ਦੀ, ਲੈਪਟਾਪ ਵੋਟ ਬੈਂਕ ਦੀ, ਕਿੱਦਾਂ ਜਿਹੜੀਆਂ ਸਿਆਸੀ ਵਾਅਦੇ ਪੂਰੇ ਕਰਨ ਵਾਸਤੇ ਸਰਕਾਰਾਂ ਮਜਬੂਰ ਹੁੰਦੀਆਂ ਨੇ, ਕਿਸ ਤਰ੍ਹਾਂ ਪੈਸੇ ਦਾ ਖਰਚਾ ਕੀਤਾ ਜਾਂਦਾ ਹੈ ਔਰ ਸਰਕਾਰੀ ਖਜ਼ਾਨੇ ਨੂੰ ਕਿਸ ਤਰ੍ਹਾਂ ਇਹਨਾਂ ਚੀਜ਼ਾਂ ਉੱਤੇ ਕਿਹਾ ਜਾਂਦਾ ਖਰਚ ਕੀਤਾ ਜਾਂਦਾ, ਲੁਟਾਇਆ ਜਾਂਦਾ ਜਿਹੜੇ ਵਾਅਦੇ ਕੀਤੇ ਸੀਗੇ। ਪਰ ਜੇ ਕੈਪਟਨ ਸਰਕਾਰ ਨੇ, ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ 50 ਲੱਖ ਸਮਾਰਟਫੋਨ ਦੇਣ ਦਾ ਵਾਅਦਾ ਕੀਤਾ ਸੀ, ਤਾਂ ਮੰਨ ਕੇ ਚੱਲੋ ਕਿ ਇਹਨਾਂ 5 ਸਾਲਾਂ ਦੇ ਵਿੱਚ ਤਾਂ ਉਹਨਾਂ ਨੂੰ 50 ਲੱਖ ਫੋਨ ਜਿਹੜੇ ਨੇ ਸਮਾਰਟਫੋਨ ਲੈ ਕੇ ਦੇਣੇ ਹੀ ਪੈਣਗੇ। ਨਹੀਂ ਤਾਂ ਜਾ ਕੇ ਅਗਲੇ ਵਿਧਾਨ ਸਭਾ ਚੋਣਾਂ ਵਿੱਚ ਫਿਰ ਉਹ ਨੌਜਵਾਨਾਂ ਦਾ ਜਿਹੜਾ ਵੋਟ ਬੈਂਕ ਹੈ ਉਹਦਾ ਸਾਹਮਣਾ ਕਿਸ ਤਰ੍ਹਾਂ ਕਰਨਗੇ ਕੈਪਟਨ ਸਾਹਿਬ ਔਰ ਜਿਹੜੀ ਪੰਜਾਬ ਕਾਂਗਰਸ ਹੈ। ਅਤੇ ਇਹ ਹੁਣ ਮੰਨ ਕੇ ਚੱਲੋ ਕਿ 2000 ਕਰੋੜ ਰੁਪਏ ਦਾ ਇਹ ਜਿਹੜਾ ਇਲੌਜੀਕਲ ਵਾਅਦਾ ਕੀਤਾ ਗਿਆ ਸੀ, ਇਹਨੂੰ ਪੂਰਾ ਕਰਨਾ ਕਿੰਨੀ ਮਜਬੂਰੀ ਹੈ? ਕਿਆ ਇਸ 2000 ਕਰੋੜ ਰੁਪਏ ਦਾ ਕੁਝ ਪੰਜਾਬ ਦੇ ਵਿੱਚ ਨਵੀਂ ਇੰਡਸਟਰੀ ਨਹੀਂ ਲੱਗ ਸਕਦੀ ਸੀ? ਕਿਆ ਨਵੇਂ ਰੁਜ਼ਗਾਰ ਨਹੀਂ ਲਗਾਏ ਜਾ ਸਕਦੇ ਸੀ? ਅੱਜ ਪੰਜਾਬ ਦੇ ਨੌਜਵਾਨ ਜਿਹੜੇ ਨੇ ਉਹ ਡਰੱਗਸ ਦਾ ਸ਼ਿਕਾਰ ਨੇ ਜੀ, ਕਾਫੀ ਹੱਦ ਤੱਕ, ਸਾਰੇ ਨਹੀਂ ਕਾਫੀ ਹੱਦ ਤੱਕ। ਔਰ ਪੰਜਾਬ ਦੇ ਜਿਹੜੇ ਨੌਜਵਾਨ, ਜਿਹੜੀ ਸਭ ਤੋਂ ਵੱਡੀ ਚੀਜ਼ ਉਹਨਾਂ ਨੂੰ ਖਰਾਬ ਕਰ ਰਹੀ ਹੈ ਉਹ ਹੈ ਬੇਰੁਜ਼ਗਾਰੀ, ਉਹਨਾਂ ਨੂੰ ਰੁਜ਼ਗਾਰ ਦੀ ਤਲਾਸ਼ ਹੈ। ਅਤੇ ਅੱਜ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਨੌਕਰੀ ਚਾਹੀਦੀ ਹੈ, ਉਹਨਾਂ ਨੂੰ ਰੁਜ਼ਗਾਰ ਚਾਹੀਦਾ, ਉਹਨਾਂ ਨੂੰ ਸਮਾਰਟਫੋਨ ਨਹੀਂ ਚਾਹੀਦਾ। ਮੈਂ ਮੰਨਣ ਨੂੰ ਤਿਆਰ ਨਹੀਂ ਕਿ ਅੱਜ ਪੰਜਾਬ ਦੇ ਕਈ ਨੌਜਵਾਨਾਂ ਦੇ ਕੋਲ ਮੋਬਾਈਲ ਫੋਨ ਨਹੀਂ ਹੋਣਗੇ, ਜ਼ਰੂਰ ਹੋਣਗੇ, ਸਸਤੇ ਤੋਂ ਸਸਤਾ ਹੋਏ, ਮਹਿੰਗਾ ਹੋਏ, ਉਹਨਾਂ ਦੇ ਕੋਲ ਮੋਬਾਈਲ ਫੋਨ ਤਾਂ ਜ਼ਰੂਰ ਹੋਏਗਾ। ਦੇ ਆਰ ਨੋਟ ਵੇਟਿੰਗ ਫੋਰ ਦਿਸ ਫੋਨ, ਬਟ ਹੁਣ ਵਾਅਦਾ ਹੈ ਉਹਨਾਂ ਨੂੰ ਫਰੀ ਦੀ ਚੀਜ਼ ਮਿਲ ਰਹੀ ਹੈ, ਜਿੱਦਾਂ ਮੈਂ ਜ਼ਿਕਰ ਕੀਤਾ ਕਿ ਉਹ ਲੈ ਵੀ ਲੈਣਗੇ, ਉਹ ਜਿੱਦਾਂ ਉਹਨੂੰ ਵੰਡਿਆ ਕਿਸ ਤਰ੍ਹਾਂ ਜਾਏਗਾ, ਕਿਹੜੇ ਗਲਤ ਹੱਥਾਂ 'ਚ ਪਹੁੰਚਣਗੇ। ਔਰ ਜਿਸ ਤਰ੍ਹਾਂ ਮੈਂ ਤੁਹਾਨੂੰ ਜ਼ਿਕਰ ਕੀਤਾ ਕਿ ਅਖਿਲੇਸ਼ ਯਾਦਵ ਦੀ ਸਰਕਾਰ ਨੇ ਉੱਥੇ ਦੇ ਬੱਚਿਆਂ ਨੂੰ ਲੈਪਟਾਪ ਵੰਡੇ ਸੀ ਜਿਹੜੇ 500-500 ਰੁਪਏ ਦੇ, ਲਖਨਊ ਦੇ ਔਰ ਉੱਤਰ ਪ੍ਰਦੇਸ਼ ਦੇ ਵੱਡੇ ਸ਼ਹਿਰਾਂ ਦੇ ਵਿੱਚ ਸ਼ਾਮ ਨੂੰ ਬਾਜ਼ਾਰਾਂ ਵਿੱਚ ਵੇਚ ਦਿੱਤੇ ਗਏ ਸੀ, ਕਿਉਂਕਿ ਬਾਜ਼ਾਰਾਂ ਦੇ ਵਿੱਚ ਉਹ ਜਿਹੜੇ ਲੈਪਟਾਪ ਜਿਹੜੇ ਬੱਚਿਆਂ ਨੂੰ ਦਿੱਤੇ ਗਏ ਸੀ ਉਹਨਾਂ ਦੇ ਪਿੰਡਾਂ ਵਿੱਚ ਬਿਜਲੀ ਤੱਕ ਨਹੀਂ ਸੀਗੀ। ਔਰ ਇਹੀ ਚੀਜ਼ ਇੱਥੇ ਵੀ ਹੋ ਸਕਦੀ, ਜੇ ਕਿਸੇ ਬੱਚੇ ਕੋਲ ਆਲਰੇਡੀ ਇੱਕ ਮੋਬਾਈਲ ਹੈ, ਤੁਸੀਂ ਉਹਨੂੰ ਇੱਕ ਹੋਰ ਮੋਬਾਈਲ ਦੇ ਦੋਗੇ ਤਾਂ ਕੀ ਕਰੇਗਾ? ਸ਼ਾਮ ਨੂੰ ਹੋ ਸਕਦਾ ਜਾ ਕੇ 200-500 ਰੁਪਏ ਦਾ ਬਾਜ਼ਾਰ 'ਚ 1000 ਰੁਪਏ ਦਾ ਜਾ ਕੇ ਵੇਚ ਦੇ, ਕਿਉਂਕਿ ਫੋਨ ਦੀ ਕੀਮਤ 3 ਜਾਂ 4 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ ਜਿਹੜਾ ਸਮਾਰਟਫੋਨ ਦੇਣ ਦੀ ਗੱਲ ਕੀਤੀ ਜਾ ਰਹੀ ਹੈ। ਲੇਕਿਨ ਸਵਾਲ ਇਹ ਉੱਠਦਾ ਹੈ ਕਿ ਕਿਆ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਉਹ ਇਸ ਤਰ੍ਹਾਂ ਦੇ ਪੈਸੇ ਖਰਚ ਕਰਨਾ ਉਹਨਾਂ ਨੂੰ ਜਾਇਜ਼ ਹੈ, ਵਾਜਿਬ ਹੈ? ਕਿਆ ਇਹੋ ਜਿਹੇ ਵਾਅਦੇ ਕਰਨਾ ਵਾਜਿਬ ਹੈ? ਤੁਹਾਨੂੰ ਇੱਕ ਹੋਰ ਮੈਂ ਚੀਜ਼ ਦੱਸਾਂ ਕਿ HC ਅਰੋੜਾ ਨੇ ਅਤੇ ਹਾਈਕੋਰਟ ਦੇ ਵਕੀਲ ਨੇ ਪੰਜਾਬ ਹਰਿਆਣਾ ਹਾਈਕੋਰਟ ਦੇ, ਉਹਨਾਂ ਨੇ ਥੋੜ੍ਹੇ ਦਿਨ ਪਹਿਲਾਂ ਇੱਕ ਲੀਗਲ ਨੋਟਿਸ ਵੀ ਭੇਜਿਆ ਪੰਜਾਬ ਸਰਕਾਰ ਨੂੰ ਕਿ ਜੇ ਤੁਸੀਂ ਸਮਾਰਟਫੋਨ ਦੇਣ ਦੀ ਗੱਲ ਕਰ ਰਹੇ ਹੋ ਤਾਂ ਮੈਂ ਇਹਦੇ ਖਿਲਾਫ਼ ਪਬਲਿਕ ਇੰਟਰਸਟ ਲਿਟੀਗੇਸ਼ਨ ਲਗਾਵਾਂਗਾ, ਬਿਕੋਜ਼ ਇਟਸ ਅ ਵੇਸਟੇਜ ਆਫ ਪਬਲਿਕ ਐਕਸਚੇਕਰ, ਇਸ ਸਰਕਾਰੀ ਖਜ਼ਾਨੇ ਦੀ ਬਰਬਾਦੀ ਹੋਏਗੀ। ਲੇਕਿਨ ਪੰਜਾਬ ਸਰਕਾਰ ਨੇ, ਮੈਂ ਜਿੱਦਾਂ ਤੁਹਾਨੂੰ ਕਿਹਾ ਕਿ ਵਾਅਦਾ ਕੀਤਾ, ਇੱਕ ਵੋਟ ਬੈਂਕ ਨੂੰ ਨਾਰਾਜ਼ ਨਹੀਂ ਕਰ ਸਕਦੇ, ਹੁਣ ਖਜ਼ਾਨਾ ਖਾਲੀ ਵੀ ਹੋਏਗਾ ਤਾਂ ਵੀ ਦੇਣਾ ਪਏਗਾ। 2000 ਕਰੋੜ ਰੁਪਏ ਦਾ ਖਰਚਾ ਹੈ, ਜੇਬ ਵਿੱਚ ਨੇ 10 ਕਰੋੜ ਰੁਪਏ, ਸਰਕਾਰੀ ਖਜ਼ਾਨੇ 'ਚ 10 ਕਰੋੜ ਰੁਪਏ ਨੇ, ਤੁਸੀਂ ਮੰਨ ਕੇ ਚੱਲੋ ਹਾਲੇ ਥੋੜ੍ਹੇ ਜਿਹੇ ਬੱਚਿਆਂ ਨੂੰ ਮਿਲਣਗੇ, ਬਾਕੀਆਂ ਨੂੰ ਹਾਲੇ ਅਗਲੀ ਦੀਵਾਲੀ ਦਾ ਜਾਂ ਕਦ ਤੱਕ ਇੰਤਜ਼ਾਰ ਕਰਨਾ ਪਏਗਾ। ਸਾਡੇ ਦਰਸ਼ਕ ਗੱਲ ਕਰਨਾ ਚਾਹ ਰਹੇ ਨੇ, ਕਾਫੀ ਫੋਨ ਆ ਰਹੇ ਨੇ ਸਾਨੂੰ। ਹੈਲੋ, ਹੈਲੋ, ਹਾਂਜੀ, ਤੁਸੀਂ? ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਸਾਹਿਬ ਬੋਲ ਰਹੇ? ਫੋਨ ਚੱਲਦਾ? ਹਾਂਜੀ, ਕੌਣ ਸਾਹਿਬ ਬੋਲ ਰਹੇ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਜੀ ਤੁਸੀਂ, ਕੀ ਸ਼ੁਭ ਨਾਮ? ਮੈਂ ਦਿਆਲ ਸਿੰਘ ਬੋਲਦਾ ਜੀ, ਨਿਊਯਾਰਕ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ ਜੀ ਤੁਸੀਂ ਅੱਜ ਦੇ ਇਸ ਮਸਲੇ ਤੇ? ਉਹੀ ਗੱਲਾਂ ਚੱਲਦੀਆਂ, ਕਾਨੂੰਨ ਜਿਹੜੀ ਪੋਲਟਿਕਸ ਦੀ ਗੱਲਾਂ ਚੱਲਦੀਆਂ ਜੀ, ਦੱਸੋ ਫੋਨ ਉਹ ਫਲਾਣਾ ਉਹ ਦੇਣਾ ਉਹ ਕਰਨਾ, ਇਹ ਤਾਂ ਹੈਗਾ ਜਨਤਾ ਜਿਹੜੀ ਹੈਗੀ ਆ ਉਹਨੂੰ ਸਮਝਣਾ ਚਾਹੀਦਾ ਵੀ ਸਮਾਰਟਫੋਨ ਇਹਨੇ ਆਪਣੇ ਕੋਲੋਂ ਨੇ ਦੇਣੇ, ਇਹ ਸਾਡੇ ਫੋਨ ਹੈਗੇ ਆ ਉਹ ਸਾਨੂੰ ਇਹ ਦੇਣੇ ਆ, ਉਹ ਸਾਡੇ ਫੋਨ ਕਿੱਦਾਂ ਹੈਗੇ ਆ ਕਿ ਉਹ ਸਾਡੇ ਪੈਸੇ ਹੈਗੇ ਆ ਜੀ, ਜਨਤਾ ਦੇ ਪੈਸੇ ਆ। ਤੁਹਾਨੂੰ ਵਾਅਦਾ ਤੇ ਕੀਤਾ ਤੇ ਪੂਰਾ ਤੇ ਕਰਨਾ ਪਏਗਾ। ਵਾਅਦਾ ਕੌਣ ਕਰਦਾ ਜੀ, ਪਹਿਲਾਂ ਮੈਨੂੰ ਦੱਸੋ ਸਹੀ, ਉੱਥੇ ਤਾਂ ਲੁੱਟ ਪਈ ਆ, ਪਹਿਲਾਂ ਬਾਦਲ ਪੰਜ ਸਾਲ ਰਿਹਾ, ਉਹਨੇ ਕੋਈ ਵਾਅਦਾ ਪੂਰਾ ਕੀਤਾ? ਨਹੀਂ ਤਾਂ ਹੁਣ ਇਹ ਤਾਂ ਵਾਅਦਾ ਪੂਰਾ ਕਰਨ ਲੱਗਿਆ ਨਾ, ਹੁਣ ਲੋਕਾਂ ਨੇ ਜਦੋਂ ਸਮਾਰਟਫੋਨ ਨਹੀਂ ਦਿੱਤੇ ਸੀ ਤਾਂ ਲੋਕ ਸਵਾਲ ਪੁੱਛਦੇ ਸੀ ਸਮਾਰਟਫੋਨ ਦਾ ਵਾਅਦਾ ਕੀਤਾ ਤੁਸੀਂ ਪੂਰੇ ਕਰੋ, ਹੁਣ ਜੇ ਉਹ ਦੇਣ ਜਾ ਰਹੇ ਆ ਤਾਂ ਹੁਣ ਸਰਕਾਰੀ ਖਜ਼ਾਨਾ ਖਾਲੀ ਹੈ। ਇਹ ਮੈਂ ਇਸੇ ਡਿਸਕਸ ਕਰ ਰਹੇ ਕਿ ਕਿਉਂ ਮਜਬੂਰ ਹੁੰਦੀ ਹੈ ਸਰਕਾਰ ਇਹੋ ਜਿਹੇ ਫੈਸਲੇ ਲੈਣ ਨੂੰ, ਕਿਉਂ ਕਿਉਂ ਸਿਆਸੀ ਪਾਰਟੀਆਂ ਚੋਣਾਂ ਦੇ ਦੌਰਾਨ ਇਹੋ ਜਿਹੇ ਵਾਅਦੇ ਕਿਉਂ ਕਰਦੀਆਂ? ਹਾਂ, ਕਿਉਂ ਵਾਅਦੇ ਇਦਾਂ ਦੇ ਕਰਦੀਆਂ, ਸਮਾਰਟਫੋਨ ਦੇਵਾਂਗੇ ਅਸੀਂ, ਆਹ ਕਰਾਂਗੇ ਅਸੀਂ, ਕਿ ਕਾਰਾਂ ਦੇਵਾਂਗੇ, ਕਿ ਮਕਾਨ ਬਣਾ ਕੇ ਦੇਵਾਂਗੇ, ਜਦ ਇਹਨਾਂ ਕੋਈ ਬਣਾ ਕੇ ਦੇ ਨਹੀਂ ਸਕਦੇ ਕਿਉਂ ਕਰਦੇ ਇਦਾਂ? ਉਹ ਇਹ ਤਾਂ ਜਨਤਾ ਜਿਹੜੀ ਹੈਗੀ ਉਹਨੂੰ ਸੋਚਣਾ ਚਾਹੀਦਾ ਨਾ। ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ। ਕਹਿ ਰਹੇ ਸੀ ਕਿ ਜੋ ਸਰਕਾਰਾਂ ਜਿਹੜੀ ਪਾਰਟੀਆਂ ਨੇ ਉਹਨਾਂ ਨੂੰ ਵਾਅਦਾ ਨਹੀਂ ਕਰਨਾ ਚਾਹੀਦਾ, ਫਿਰ ਇਹ ਬੇਸਿਰ ਪੈਰ ਦੇ ਵਾਅਦੇ ਕਰੋਗੇ ਤਾਂ ਬਾਅਦ ਵਿੱਚ ਖਰਚ ਤਾਂ ਕਰਨਾ ਪਏਗਾ। ਹਾਂਜੀ, ਕੌਣ ਦਰਸ਼ਕ ਬੋਲ ਰਹੇ ਨੇ ਜੀ, ਕੀ ਸ਼ੁਭ ਨਾਮ ਤੁਹਾਡਾ ਜੀ? ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਕਿੱਥੋਂ? ਆਪਣਾ ਬਰਾੜ ਬੋਲਦਾ, ਆਪਣਾ ਕੈਨੇਡਾ ਤੋਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਬਰਾੜ ਸਾਹਿਬ, ਕੀ ਕਹਿਣਾ ਚਾਹੋਗੇ ਤੁਸੀਂ? ਮੈਂ ਤਾਂ ਜੀ ਇਹੀ ਕਹਿਣਾ ਚਾਹੁੰਦਾ, ਜਿਵੇਂ ਆਪਣੇ ਬਾਦਲ ਕੇ ਆ ਜਾਂ ਆਪਣੇ ਕੈਪਟਨ ਸਾਹਿਬ ਆ ਨਾ, ਦੱਸੋ ਅੱਜ ਇਹ ਇਹਨਾਂ ਦਾ ਯਾਰ ਹਾਲ ਉਹ ਨਹੀਂ ਹੁੰਦਾ ਜਿਵੇਂ ਆਪਣਾ ਗਦਾਫੀ ਵਾਲਾ ਹੋਇਆ ਸੀਗਾ। ਉਹ ਜਿਹੜੀ ਪੋਲਿਟਿਕਸ ਦੇ
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਸਾਹਿਬ ਕਿੱਥੋਂ ਬੋਲ ਰਹੇ ਜੀ ਤੁਸੀਂ ਮਲਕੀਤ ਸਿੰਘ ਮੱਲੀ ਬੋਲ ਰਿਹਾ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਕਿੱਧਰੋਂ ਬੋਲ ਰਹੇ ਜੀ ਤੁਸੀਂ ਨਿਊ ਜਰਸੀ ਤੋਂ ਜੀ ਨਿਊ ਜਰਸੀ ਤੋਂ ਕੀ ਹਾਲ ਜੀ ਸਤਿ ਸ਼੍ਰੀ ਅਕਾਲ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਦੇ ਮਸਲੇ ਬਾਰੇ ਬਸ ਜੀ ਕਹਿਣਾ ਕੀ ਹੈ ਜੀ ਪਹਿਲੋਂ ਮੋਦੀ ਸਾਹਿਬ ਨੇ ਵਾਅਦੇ ਕੀਤੇ ਸੀ ਜਨਤਾ ਦੇ ਨਾਲ ਜੀ ਤੇ ਦੱਸੋ ਹਾਂਜੀ ਹੈਲੋ ਬੋਲੋ ਬੋਲੋ ਜੀ ਬੋਲੋ ਸੁਣ ਰਹੇ ਤੁਹਾਨੂੰ ਆਵਾਜ਼ ਬੋਲੋ ਹਾਂਜੀ ਮੈਂ ਕਿਹਾ ਮੋਦੀ ਸਾਹਿਬ ਨੇ ਵਾਅਦਾ ਕੀਤਾ ਸੀ 15-15 ਲੱਖ ਰੁਪਈਆ ਦੇਣ ਦਾ ਗੌਰਮੈਂਟ ਨੂੰ ਆਪਣੇ ਜਨਤਾ ਨੂੰ ਜੀ ਤੇ ਬਾਕੀ ਹੁਣ ਕੈਪਟਨ ਸਾਹਿਬ ਨੇ ਵੀ ਵਾਅਦਾ ਕੀਤਾ ਪਰ ਇਹ ਗੌਰਮੈਂਟਾਂ ਦੀ ਮੂਰਖ ਮਤੀ ਆ ਜੀ ਇਹ ਦੇਣਾ ਨਹੀਂ ਚਾਹੀਦਾ ਮਤਲਬ ਇਹ ਕੋਈ ਏਦਾਂ ਦਾ ਲੜਾ ਤਾਂ ਲਾਉਣਾ ਹੀ ਨਹੀਂ ਚਾਹੀਦਾ ਪਬਲਿਕ ਨੂੰ ਪਬਲਿਕ ਖਰਾਬ ਹੋ ਰਹੀ ਇਸ ਚੀਜ਼ ਦੇ ਨਾਲ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਇਹ ਕਹਿ ਰਹੇ ਨੇ ਕਿ ਪਬਲਿਕ ਨੂੰ ਲਾਰਾ ਨਹੀਂ ਦੇਣਾ ਚਾਹੀਦਾ ਪਰ ਸਿਆਸੀ ਪਾਰਟੀਆਂ ਲਾਰੇ ਦੇ ਕੇ ਕੋਈ ਵਾਅਦੇ ਕਰਕੇ ਹੀ ਸਰਕਾਰਾਂ ਬਣਦੀਆਂ ਹਾਂਜੀ ਹੈਲੋ ਸਤਿ ਸ਼੍ਰੀ ਅਕਾਲ ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਕਿੱਥੋਂ ਬੋਲੋ ਮਸਲਾ ਬਹੁਤ ਵਧੀਆ ਲਿਆਉਂਦਾ ਜੀ ਇਹ ਮੈਂ ਨਾ ਇੱਥੇ ਇੱਕ ਸਾਡੇ ਗੁਜਰਾਤ ਤੋਂ ਨਾ ਹੈਲੋ ਹਾਂਜੀ ਇਹ ਗੁਜਰਾਤ ਤੋਂ ਨਾ ਇੱਕ ਸ਼ਰਮਾ ਤੁਹਾਡੇ ਵਾਂਗੂ ਗੁਜਰਾਤ ਤੋਂ ਨਾ ਇੱਕ ਸ਼੍ਰੀ ਨਿਵਾਸਨ ਸੀਗੇ ਉਹ ਵੀ ਆਈਏ ਸਫਰ ਰਹਿ ਚੁੱਕੇ ਮਨਟੇਕ ਸਿੰਘ ਗਾਂਧੀਆ ਵਾਲੀ ਉਹਨਾਂ ਨੇ ਕੰਮ ਕੀਤਾ ਉਹ ਵੀ ਹੁਣੇ ਉੱਠ ਕੇ ਗਏ ਨੇ ਦੱਸ ਕੇ ਗਏ ਨੇ ਕਹਿੰਦਾ ਇਹ 50 ਜਿਹੜੇ ਤੁਸੀਂ 2,000 crore ਦੀ ਇੰਡਸਟਰੀ ਜੇਕਰ ਲਾਉਂਦੇ ਨਾ ਜਦੋਂ ਤੁਸੀਂ ਹਿਸਾਬ ਲਾਇਆ ਉਹਦੇ ਨਾਲ ਸਮਾਲ ਸਕੇਲ ਇੰਡਸਟਰੀ ਲਾਉਂਦੇ 50,000 ਮੁੰਡਿਆਂ ਨੂੰ ਰੋਜ਼ਗਾਰ ਮਿਲਦਾ ਠੀਕ ਹੈ ਜੀ ਤੇ ਦੋ ਉਹਨਾਂ ਨੇ ਮੁਲਾਜ਼ਮ ਰੱਖਣੇ ਸੀਗੇ ਉਹਦੇ ਨਾਲ ਲੱਖ ਕੁ ਬੰਦਾ ਹੋਰ ਵੱਧ ਜਾਣਾ ਸੀ ਉਹ ਕਹਿੰਦੇ ਵੀ ਇਹ ਜਿਹੜਾ ਇਹਨਾਂ ਨੇ ਪ੍ਰੋਸੈਸ ਸ਼ੁਰੂ ਕੀਤਾ ਨਾ ਕਿਸ਼ਤਾਂ 'ਚ ਦੇਣਗੇ ਫੋਨ ਉਹਦੇ ਨਾਲ ਕਹਿੰਦਾ ਪੰਜਾਬੀਆਂ ਨੂੰ ਲੱਤ ਲੱਗ ਜਾਣੀ ਹੈ ਕਹਿੰਦਾ 50 lakh ਤੋਂ ਜਿਹੜੇ ਵਿਹਲੇ ਨੇ ਉਸ ਤੋਂ ਬਾਅਦ 1 crore ਬੰਦਾ ਹੋਰ ਇਹਨਾਂ ਨੇ 50 lakh ਹੋਰ ਵਿਹਲੇ ਹੋ ਜਾਣੇ ਆ ਸਮਾਰਟਫੋਨ ਨਾਲ ਇਹਨਾਂ ਨੇ ਨੱਚਣਾ ਗਾਉਣਾ ਤਾਂ ਹੁੰਦਾ ਕੰਮ ਤੇ ਲਾਓ ਇਹਨਾਂ ਨੂੰ ਸਗੋਂ ਠੀਕ ਹੈ ਜੀ ਜੇ ਪੰਜਾਬੀਆਂ ਨੂੰ ਕੰਮ ਤੇ ਲਾਉਂਦੇ ਹੋ ਸਾਰਾ ਹਿੰਦੁਸਤਾਨ ਤਰੱਕੀ ਕਰਦਾ ਇਹਨਾਂ ਨੂੰ ਖਾਲਿਸਤਾਨੀ ਨਾ ਬਣਾਓ ਇਹਨਾਂ ਨੂੰ ਆਪਣੇ ਮਿੱਤਰ ਬਣਾਓ ਨਸ਼ੇ ਤੇ ਨਾ ਲਾਓ ਅੱਜ ਹਿੰਦੁਸਤਾਨ ਨੂੰ ਗੋਦੀ ਦੀ ਨਹੀਂ ਲੋੜ ਹੈਗੀ ਭਾਜੀ ਅੱਜ ਜਿਹੜੀ ਯੂਥ ਆ ਪੰਜਾਬ ਦੀ ਜਾਂ ਸਾਰੇ ਹਿੰਦੁਸਤਾਨ ਦੀ ਯੂਥ ਆ ਉਹਨਾਂ ਨੂੰ ਰੋਜ਼ਗਾਰ ਦੇ ਕੇ ਹਿੰਦੁਸਤਾਨ ਨੂੰ ਤਕੜੇ ਕਰੋ ਬਸ ਹਾਲੀ ਨਹੀਂ ਕਹਿਣਾ ਠੀਕ ਹੈ ਜੀ ਸ਼ੁਕਰੀਆ ਤੇ ਕਹਿ ਰਹੇ ਨੇ ਕਿ ਜਿਹੜੇ ਨੌਜਵਾਨ ਨੇ ਇਹਨਾਂ ਨੂੰ ਮੁਫਤਖੋਰੀ ਦੀ ਆਦਤ ਨਾ ਲਾਓ ਐਸੇ ਚੀਜ਼ਾਂ ਨਾ ਦਿਓ ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਸ਼ੁਭ ਨਾਮ ਤੁਹਾਡਾ ਕਿੱਥੋਂ ਬੋਲ ਰਹੇ ਜੀ ਮੈਂ ਗੁਰਮੇਲ ਸਿੰਘ ਬੋਲ ਰਿਹਾ ਜੀ ਫਿਲਾਡਲਫੀਆ ਪੈਨਸਲਵੇਨੀਆ ਤੋਂ ਹਾਂਜੀ ਦੱਸੋ ਜੀ ਕੀ ਕਹਿਣਾ ਚਾਹੋਗੇ ਮੈਂ ਤਾਂ ਇਹੀ ਚਾਹੁੰਦਾ ਜੀ ਕਿ ਜਿਹੜੇ ਗਵਰਨਮੈਂਟਾਂ ਨੇ ਇਹਨਾਂ ਨੇ ਕੰਮ ਤਾਂ ਕੋਈ ਕਰਨਾ ਨਹੀਂ ਥੋੜ੍ਹਾ ਲਾਊਡ ਬੋਲੋਗੇ ਜੀ ਤੁਹਾਡੀ ਆਵਾਜ਼ ਘੱਟ ਆ ਰਹੀ ਜੀ ਹਾਂਜੀ ਮੈਂ ਕਿਹਾ ਇਹਨਾਂ ਗਵਰਨਮੈਂਟਾਂ ਨੇ ਕੰਮ ਤਾਂ ਕੁਝ ਕਰਨਾ ਨਹੀਂ ਲੋਕਾਂ ਨੂੰ ਬਰਬਾਦ ਕਰੀ ਜਾਣਾ ਉਹਨਾਂ ਦੇ ਪੈਸੇ ਬਰਬਾਦ ਕਰੀ ਜਾਣੇ ਆ ਆਪ ਲੁੱਟੀ ਜਾਣਾ ਲੋਕਾਂ ਨੂੰ ਲੋਕਾਂ ਨੂੰ ਜੋਬ ਦਿਓ ਰੁਜ਼ਗਾਰ ਦਿਓ ਉਹਨਾਂ ਦੀ ਹੈਲਥ ਦਾ ਐਜੂਕੇਸ਼ਨ ਦਾ ਖਿਆਲ ਕਰੋ ਤੇ ਸਮਾਰਟਫੋਨ ਦੀ ਕਿਆ ਲੋੜ ਹੈ ਕਿਸੇ ਨੂੰ ਠੀਕ ਹੈ ਜੀ 2,000 crore ਦੇ ਜੋ ਪੰਜਾਬ ਸਰਕਾਰ ਹੈ ਸਾਡੇ ਦਰਸ਼ਕ ਜਿਹੜੇ ਸੂਝਵਾਨ ਦਰਸ਼ਕ ਨੇ ਉਹ ਸਾਨੂੰ ਫੋਨ ਕਰਕੇ ਦੱਸ ਰਹੇ ਨੇ ਉਹਨਾਂ ਦੀ ਵੀ ਇਹ ਰਾਏ ਹੈ ਜਿਹੜੇ 2,000 crore ਰੁਪਏ ਖਰਚ ਕਰਨੇ ਆ ਪੰਜਾਬ ਸਰਕਾਰ ਨੇ ਸਮਾਰਟਫੋਨ ਵੰਡਣ ਦੇ ਵਿੱਚ ਉਹ 2,000 crore ਰੁਪਏ ਦੀ ਇੰਡਸਟਰੀ ਲਗਾਓ ਕਾਰਖਾਨੇ ਲਗਾਓ ਸਮਾਲ ਸਕੇਲ ਇੰਡਸਟਰੀਜ਼ ਲਗਾਓ ਅੱਜ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਦੀ ਤਲਾਸ਼ ਹੈ ਉਹਨਾਂ ਨੂੰ ਆਪਣਾ ਕਰੀਅਰ ਬਣਾਉਣ ਦੀ ਲੋੜ ਹੈ ਉਹਨਾਂ ਨੂੰ ਰੋਜ਼ਗਾਰ ਦੀ ਤਲਾਸ਼ ਹੈ ਨਾ ਕਿ ਸਮਾਰਟਫੋਨ ਦੀ ਲੇਕਿਨ ਸਾਡੀ ਸਿਆਸੀਆਂ ਪਾਰਟੀਆਂ ਜਿਹੜੀਆਂ ਹੁੰਦੀਆਂ ਨੇ ਚੋਣਾਂ ਦੇ ਦੌਰਾਨ ਜੇ ਐਸੇ ਵਾਅਦੇ ਕਰਦੀਆਂ ਨੇ ਤਾਂ ਉਹਨਾਂ ਨੂੰ ਫਿਰ ਪੂਰਾ ਤਾਂ ਕਰਨਾ ਹੀ ਪਏਗਾ ਇਹੀ ਮਜਬੂਰੀ ਸ਼ਾਇਦ ਕੈਪਟਨ ਸਰਕਾਰ ਦੇ ਸਾਹਮਣੇ ਵੀ ਹੈ ਇਸੇ ਬਾਰੇ ਹੋਰ ਗੱਲ ਕਰਾਂਗੇ ਲੇਕਿਨ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ